Thank you.
जिंदगी में से
ਮਾਤਾ
ਗੁਰੂ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਸਮੂਹ ਸੰਤਾਂ ਨੂੰ ਭਾਣਾ ਮੰਨਣ ਦਾ ਬਾਬਤ ਨੂੰ ਬਖਸ਼ਿਸ਼ ਕਰਨਾ, ਪਹੁੰਚੀਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਦਰੋ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਮੂਹ ਸੰਗਤਾਂ ਦੀਆਂ ਦਿਲਕੁਲ ਭਾਣਾ ਪ੍ਰਵਾਨ ਕਰਨੀਆਂ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਪਵਿੱਤਰ ਪ੍ਰਾਪਤ ਸ਼ਾਂਤ ਸਜਾ ਕੇ ਸਤਿਗੁਰੂ ਆਪ ਜੀ ਦੀ ਮਾਨ ਹਜ਼ੂਰੀ ਵਿੱਚ ਹਾਜ਼ਰ ਹੈ ਤਾਂ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤਾਂ ਦੇ ਰਸਨ ਦੀ ਲਾਇਕ ਹੋਵੇ, ਜੋ ਜੀ ਛੱਕੇ ਆਪ ਜੀ ਦਾ ਨਾਮ ਜਪੇ। ਪਵਿੱਤਰ ਮੁਖਾਰ ਵਿੱਚੋਂ ਪਾਨ ਪਵਿੱਤਰ ਹੁਕਮਾਂ ਨੂੰ ਸੁਣਾ ਕੇ ਸੰਗਤਾਂ ਨੂੰ ਨਗਰੀ ਨਗਰ ਨਿਹਾਲ ਕਰੋ। ਸਹੀ ਪਿਆਰੇ ਮੇਰ ਜਿਨ੍ਹਾਂ ਬਣਿਆ ਤੇਰਾ ਨਾਮ ਕਿੱਤਿਆ ਹੈ, ਨਾਨਕ ਨਾਮ ਚੜ੍ਹਦੀ ਕਲਾ ਚਰਨਾਰਾਇਣ ਜੋ ਮਾਤੂ
ਨੂੰ ਝਾੜਦੇ ਹੋਏ ਮਾਰਦੇ ਹੋਏ ਹਟਾਉਂਦੇ ਹੋਏ ਉੱਚੀ ਨੀਵੀਂ ਅਵਸਥਾ ਨੂੰ ਵੇਖਦੇ ਹੋਏ ਇਸ ਵੇਲੇ ਬਹੁਤ ਵਧੀਆ ਸਥਿਤੀ ਦੇ ਵਿੱਚ ਪਰਿਵਾਰ ਨੂੰ ਜਾ ਖੜਾ ਕੀਤਾ ਮਾਤਾ ਜੀ ਦੋਵਾਂ ਧੀਆਂ ਦੇ ਅੱਗੇ ਬੱਚੇ ਇੱਕ ਇੰਜੀਨੀਅਰ ਵਿਦੇਸ਼ ਦੇ ਵਿੱਚ ਆਰਮੀ ਦੇ ਵਿੱਚ ਮੌਜਾ ਮਾਰ ਰਹੇ ਨੇ ਇੱਥੇ ਨੂਹਾਂ ਲੋਕਾਂ ਦੀ ਪਰਾਲੀ ਵੱਧ ਫੜ ਰਹੀ ਹੈ ਮੈਡੀਕਲ ਖੇਤਰ ਦੇ ਵਿੱਚ ਕੁੱਤਰ ਜਗਜੀਤ ਸਿੰਘ ਉਹਨਾਂ ਨੇ ਬਹੁਤ ਯੋਗਦਾਨ ਬਹੁਤ ਸਮਾਂ ਬਹੁਤ ਸਾਲ ਯੋਗਦਾਨ ਪਾਇਆ ਲੋਕਾਂ ਦੀ ਸੇਵਾ ਕੀਤੀ ਹੈ ਕੁੱਤਰੇ ਸੁਰਜੈਨ ਸਿੰਘ ਜਗਮੀਤ ਸਿੰਘ ਲਾਲਪ੍ਰੀਤ ਸਿੰਘ ਸੇਵਾ ਕਰ ਰਹੇ ਹੈ ਇੱਕ ਕੁੱਤਰਾ ਵਿਦੇਸ਼ ਦੇ ਵਿੱਚ ਸੈਟਲ ਹੈ ਕੈਨੇਡਾ ਦੇ ਵਿੱਚ ਸੈਟਲ ਹੈ ਨੂੰ ਹਰਜਿੰਦਰ ਕੌਰ ਸਰਪੰਚ ਜੀ ਉਹਦੇ ਤੇ ਬਿਰਾਜਮਾਨ ਨੇ ਸਾਬਕਾ ਸਰਪੰਚ ਜਗਦੀਪ ਸਿੰਘ ਇਸ ਵੇਲੇ ਸਰਪੰਚ ਜੀ ਦੀ ਜ਼ਿੰਮੇਵਾਰੀ ਬੜੀ ਸ਼ਿੱਦਤ ਨਾਲ ਪਾ ਰਹੇ ਨੇ ਇਹ ਕਿਰਪਾ ਹੀ ਇੱਕ ਸਥਿਰਤਾ ਵਾਲੀ ਅਵਸਥਾ ਕੋਈ ਜੀਵ ਜਿਸ ਤਰ੍ਹਾਂ ਗਿਆਨੀ ਜੀ ਨੇ ਗੱਲ ਕੀਤੀ ਹੈ ਕਿ ਉਹਨਾਂ ਨੇ ਕਦੇ ਵੀ ਸ਼ਿਕਨ ਨਹੀਂ ਲਿਆਉਂਦਾ ਮੱਥੇ 'ਤੇ ਤਿਉੜੀ ਨਹੀਂ ਲਿਆਉਂਦੀ ਜਿਸ ਤਰ੍ਹਾਂ ਫੋਟੋ 'ਤੇ ਆਪਾਂ ਦਰਸ਼ਨ ਕਰਦੇ ਨੇ ਇੱਕ ਹਾਸੇ ਵਾਲਾ ਚਿਹਰਾ ਹਾਸੇ ਵਾਲਾ ਚਿਹਰਾ ਕੁਝ ਸਮੇਂ ਲਈ ਬਣਾਉਣਾ ਬਹੁਤ ਸੌਖਾ ਹੈ ਇੱਕ ਲੇਖਕ ਕਹਿੰਦਾ ਹੈ ਕਿ 5-7 ਮਿੰਟ ਲਈ ਸਾਡਾ ਹਿੱਸਾ ਜਿਹੜਾ ਚਿਹਰਾ ਉਹ ਖਿੜਿਆ ਰਹਿ ਸਕਦਾ ਹੈ ਅਤੇ ਜੇ ਕੋਈ 90 ਸਾਲ ਇਸ ਪਰਿਵਾਰ ਦੇ ਵਿੱਚ ਆਇਆ ਹੋਣ 70 ਸਾਲ ਹੋ ਗਏ ਅਤੇ 70 ਸਾਲਾਂ 'ਚ ਹੀ ਮੱਥੇ 'ਤੇ ਤਿਉੜੀ ਨਾ ਪਈ ਹੋਵੇ ਹੱਸਦੇ ਰਹੇ ਹੁਣ ਕਦੇ ਪਰਿਵਾਰ ਨੂੰ ਗਾਲ ਨਾ ਦਿੱਤੀ ਹੋਵੇ ਇਸ ਤੋਂ ਉਲਟ ਛੋਟੇ ਹੁੰਦੇ ਸੀ ਬਜ਼ੁਰਗ ਸਰਦਾਰ ਨੂਰ ਸਿੰਘ ਜੀ ਉਹਨਾਂ ਦਾ ਸੁਭਾਅ ਸਖ਼ਤ ਸੀ ਕਈ ਵਾਰੀ ਬੱਚਿਆਂ ਨੂੰ ਕਾਫ਼ੀ ਕਰੜਾ ਤੋੜ ਜਾਂਦੇ ਸੀ ਇਹ ਉਸ ਤੋਂ ਉਲਟ ਗੱਲ ਹਾਸੇ ਵਿੱਚ ਢਾਲਣਾ ਇਹਨਾਂ ਦੀ ਕਲਾ ਸੀ ਜਾਂ ਕੁਦਰਤ ਦੀ ਬਾਸ਼ੀ ਹੋ ਗਈ ਸੋ ਇਹਨਾਂ ਦਾ ਤਜਰਬਾ ਇਹਨਾਂ ਦਾ ਨਿਪ ਪਰਿਵਾਰ 'ਚੋਂ ਚਲਾ ਗਿਆ ਪਰ ਉਹ ਆਪਣਾ ਉਹ ਆਨੰਦ ਪਰਿਵਾਰ 'ਚੋਂ ਕਦੇ ਵੀ ਕਿਤੇ ਖਿੰਡਦਾ ਨਹੀਂ ਜਾਂਦਾ ਨਹੀਂ ਪਰਿਵਾਰ ਦੇ ਵਿੱਚ ਵਿਚਰਦਾ ਅਤੇ ਵਿਕਸਦਾ ਰਹਿੰਦਾ ਵਾਹਿਗੁਰੂ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸ਼ਾਂਤੀ ਬਖਸ਼ੇ ਇਹੀ ਅੱਜ ਦੀ ਸਮੁੱਚੀ ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਇਹ ਹੈ ਹੁਣ ਆਪਣੇ ਸਾਨੂੰ ਸ਼ਰਧਾ ਅਤੇ ਫੁੱਲ ਭੇਟ ਕਰਨ ਲਈ ਮੈਂ ਸੱਦਾ ਦੇ ਰਿਹਾ ਸਾਡੇ ਇਲਾਕੇ ਦੇ ਸਾਬਕਾ MLA ਸਰਦਾਰ ਮਹੇਸ਼ ਚੰਦਰ ਸਿੰਘ ਜੀ ਨਿਹਾਲ ਸਿੰਘ ਵਾਲਾ ਉਹ 2 ਮਿੰਟ ਲਈ ਆਪਣੇ ਸਾਨੂੰ ਆਉਣ ਮਾਂ ਦਾ ਪੁੱਤ ਦਾ ਪਿਆਰ
ਬਹੁਤ ਨੇਕ ਔਰ ਸੁੰਦਰ ਕਾਮਨਾਵਾਂ ਨਾਲ ਤੁਹਾਡੀ ਤਰ੍ਹਾਂ ਮੇਰੇ ਵੀ ਇਸ ਨਾਲ ਬਹੁਤ ਨੇਕ ਦੇ ਸੰਬੰਧ ਨੂੰ ਜ਼ਿਆਦਾ ਵਿਸਥਾਰ ਚ ਨਾ ਕਰਦਾ ਹੋਇਆ ਮੈਂ ਥੋੜ੍ਹੇ ਸ਼ਬਦਾਂ ਨਾਲ ਮਾਤਾ ਉਸ਼ਾ ਦਾ ਰੂਪ ਭੇਟ ਕਰਦਾ ਅਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਅਰਦਾਸ ਸਥਾਨ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਪ੍ਰਦਰਸ਼ਨ ਵਾਹਿਗੁਰੂ ਜੀ ਤੁਹਾਡਾ ਨੁਸਖਾ ਵਾਹਿਗੁਰੂ
ਗੁਰਬਾਣੀ ਬਹੁਤ ਸੌਖੀ ਹੈ ਅਤੇ ਧਿਆਨ ਨਾਲ ਜਦੋਂ ਗੁਰੂ ਦਾ ਹੁਕਮ ਆਉਂਦਾ ਹੁੰਦਾ ਬਹੁਤ ਧਿਆਨ ਨਾਲ ਸੁਣਿਆ ਕਰੋ। ਇੰਨੀ ਤਾਕਤ ਤਾਂ ਬਾਣੀ ਦੇ ਵਿੱਚ ਅਰਥ ਆਪਣੇ ਆਪ ਸਮਝਾ ਦਿੰਦੀ ਹੈ। ਅਸੀਂ ਸੋਚਦੇ ਹਾਂ ਗੁਰਬਾਣੀ ਔਖੀ ਹੈ, ਇਸ ਕਰਕੇ ਅਸੀਂ ਇਗਨੋਰ ਕਰ ਦਿੰਦੇ, ਧਿਆਨ ਨਹੀਂ ਦਿੰਦੇ। ਆ ਦੋ ਪੰਕਤੀਆਂ ਮੈਂ ਤੁਹਾਨੂੰ ਦੁਬਾਰਾ ਪੜ੍ਹ ਕੇ ਸੁਣਾਉਂਗਾ, ਹੁਕਮਨਾਮਾ ਸਾਹਿਬ ਦੀਆਂ, ਤੁਹਾਨੂੰ ਆਪ ਹੀ ਸਮਝ ਆ ਜਾਣੀ ਇਹਦਾ ਮਤਲਬ ਕੀ ਹੈ। ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਨੌਵੇਂ ਪਾਤਸ਼ਾਹ ਨੇ ਕਿਹਾ, ਰੇ ਮਨ ਰਾਮ ਸਿਵ ਕਰ ਪ੍ਰੀਤ, ਕਿਸੇ ਇਨਸਾਨ ਪਰਮਾਤਮਾ ਦੇ ਨਾਲ ਪ੍ਰੀਤ ਕਰ। ਆ ਦੁਨਿਆਵੀ ਲੋੜਾਂ ਜਿਹੜੀਆਂ ਠੀਕ ਹੈ, ਪਰ ਦੁਨਿਆਵੀ ਚੀਜ਼ਾਂ ਨੂੰ ਪਿਆਰ ਕਰਨ ਦੀ ਥਾਂ ਉਸ ਪਰਮਾਤਮਾ ਨੂੰ ਪਿਆਰ ਕਰ। ਅਗਲੀ ਪੰਕਤੀ ਸਮਝਾਉਂਦੇ ਆ, ਸ਼ਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਸ਼ਰਵਨ ਗੋਬਿੰਦ ਗੁਣ ਸੁਣੋ, ਜਿਹੜਾ ਸਭ ਤੋਂ ਸ਼੍ਰੋਮਣੀ ਹੈ, ਜਿਹੜਾ ਸਭ ਤੋਂ ਉੱਤਮ ਹੈ, ਉਹਦੇ ਗੁਣ ਦੀ ਉਸਤਤ ਆਪਦੇ ਕੰਨਾਂ ਰਾਹੀਂ ਸੁਣੋ। ਜਿਵੇਂ ਆਪਾਂ ਕਹਿੰਦੇ ਨੇ ਗੁਰਬਾਣੀ ਸੁਣੋ, ਕੀਰਤਨ ਸੁਣੋ, ਕਥਾ ਸੁਣੋ, ਇਸ ਤਰ੍ਹਾਂ ਉਹਦੀ ਉਸਤਤ ਕੰਨਾਂ ਰਾਹੀਂ ਸੁਣੋ ਔਰ ਗਾਓ ਰਸਨਾ ਗੀਤ, ਅਤੇ ਆਪਣੇ ਜੀਵ ਦੇ ਨਾਲ ਆਪਣੀ ਰਸਨਾ ਦੇ ਨਾਲ ਉਹਦੇ ਗੁਣ ਦੀ ਉਸਤਤ ਗਾ, ਸਾਰਾ ਦਿਨ ਗੀਤ ਗਾਓ। ਲੋਕ ਜਾਣੇ ਉਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਗੀਤ ਹੈ, ਪਰ ਇਹ ਬ੍ਰਹਮ ਵਿਚਾਰ ਹੈ, ਇਹ ਜਿਹੜੀ ਗੁਰਬਾਣੀ ਹੈ। ਇਹੀ ਸੱਚੀ ਸ਼ਰਧਾਂਜਲੀ ਮਾਤਾ ਜੀ ਨੂੰ ਜਿਹੜੀ ਪਹਿਲੀ ਪੰਕਤੀ ਹੁਕਮਨਾਮੇ ਦੀ ਆਈ ਆ, ਰੇਮਨ ਰਾਮ ਸਿਵ ਕਰ ਪ੍ਰੀਤ। ਬੇਸ਼ੱਕ ਮਾਪੇ ਕਿਸੇ ਦੇ ਵੀ ਨਾਲ ਨਹੀਂ ਲਿਖਦੇ, ਇਹ ਕੁਦਰਤ ਦਾ ਨਿਯਮ ਹੈ, ਪਰ ਫਿਰ ਵੀ ਜਦੋਂ ਮਾਪੇ ਜਾਂਦੇ ਆ ਉਹਨਾਂ ਦੀ ਪੂਰਤੀ ਵੀ ਨਹੀਂ ਹੁੰਦੀ। ਅਤੇ ਖਾਸ ਕਰਕੇ ਮਾਂ ਦਾ ਚਲੇ ਜਾਣਾ, ਮਾਂ ਦਾ ਇੱਕ ਸ਼ਬਦ ਇੱਕ ਰਿਸ਼ਤਾ ਹੀ ਇਹੋ ਜਿਹਾ ਹੈ, ਉਹਦੀ ਮਹਾਨਤਾ ਹੀ ਇੰਨੀ ਹੈ। ਬੇਸ਼ੱਕ ਇੱਕ ਅੱਖਰ ਦਾ ਸ਼ਬਦ ਹੈ ਮਾਂ, ਗੁਰਬਾਣੀ ਵਿੱਚ ਬਹੁਤ ਉੱਚਾ ਦਰਜਾ ਮਾਂ ਨੂੰ ਮਿਲਿਆ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ, ਗੁਰੂ ਦਾ ਦਰਜਾ, ਪਰਮਾਤਮਾ ਦਾ ਦਰਜਾ ਉਸ ਤੀਜੇ ਨੂੰ ਵਰਤਿਆ ਜਾਂਦਾ, ਸਭ ਤੋਂ ਉੱਤਮ ਦਰਜਾ ਮਾਂ ਨੂੰ ਮਿਲਿਆ। ਔਰ ਜੇ ਮਾਂ ਦੇ ਵਿਸ਼ੇ 'ਤੇ ਬੋਲਣਾ ਹੋਵੇ ਤਾਂ ਮੈਨੂੰ ਲੱਗਦਾ ਸਮੇਂ ਦੀ ਘਾਟ ਪੈ ਜੂਗੀ ਅਤੇ ਮਾਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ। ਇਸ ਲਈ ਨੌਜਵਾਨਾਂ ਨੂੰ ਖਾਸ ਤੌਰ 'ਤੇ ਬੇਨਤੀ ਹੈ, ਜਦੋਂ ਵੀ ਘਰੋਂ ਨਿਕਲਦੇ ਹੁੰਦੇ ਹੋ ਮਾਂ ਦੇ ਪੈਰਾਂ ਨੂੰ ਹੱਥ ਲਾ ਕੇ ਜਾਇਆ ਕਰੋ, ਜਦੋਂ ਵੀ ਵਾਪਸ ਘਰੇ ਜਾਓ ਸਿਰਫ ਮਾਂ ਦੇ ਪੈਰਾਂ ਨੂੰ ਹੱਥ ਲਾ ਕੇ। ਇੰਨਾ ਕੁ ਸਤਿਕਾਰ ਮਾਂ ਬਾਪ ਭਾਲਦਾ, ਇੰਨਾ ਕੁ ਸਤਿਕਾਰ ਬਜ਼ੁਰਗ ਭਾਲਦੇ, ਖਜ਼ਾਨੇ ਆ ਸਾਡੇ, ਜੇ ਇੱਕ ਵਾਰ ਖੁੱਸ ਜਾਂਦੇ, ਇੱਕ ਵਾਰ ਗੁਆਚ ਜਾਂਦੇ ਆ, ਇਹ ਵਾਪਸ ਨਹੀਂ ਮਿਲਦੇ ਸਨ। ਇਹ ਦੁਨੀਆਂ ਦੇ ਵਿੱਚ ਕਿਸੇ ਬਾਜ਼ਾਰ 'ਚ ਚਲੇ ਜਾਓ, ਇਹ ਹੀਰਿਆਂ ਜਵਾਹਰਾਂ ਤੱਕ ਕਰੋੜਾਂ ਰੁਪਈਆ ਪਿੱਛੇ ਨਹੀਂ ਵਾਪਸ ਮਿਲਣਾ। ਇਸ ਲਈ ਇਹਨਾਂ ਨੂੰ ਜਿੰਨਾ ਸਾਂਭ ਸਕਦੇ ਉਹਨਾਂ ਖਜ਼ਾਨਿਆਂ ਨੂੰ ਸਾਂਭ ਲਓ, ਜਿੰਨੀ ਸੰਭਾਲ ਕਰ ਸਕਦੇ ਹੋ ਕਰ ਲਓ। ਮੈਂ ਜ਼ਿਆਦਾ ਸਮਾਂ ਦਾ ਆਪਣੇ ਵੱਲੋਂ ਅਤੇ ਆਪਣੇ ਸਰਕਾਰ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਬਣਾ ਲੈਂਦੇ ਨੇ, ਬਲਕਿ ਪ੍ਰਾਣੂ ਦੀ ਤਰਫੋਂ ਵੀ ਵਿਛੜੀ ਆਤਮਾ ਨੂੰ ਸ਼ਰਧਾ ਸਤਿਕਾਰ ਭੇਟ ਕਰਦਾ। ਪਰਮਾਤਮਾ ਉਹਨਾਂ ਨੂੰ ਆਪਣੇ ਚੈਨਲ 'ਚ ਨਿਵਾਸ ਦੇ ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਭ ਨੂੰ ਭਾਣ ਨੂੰ ਦਰਬਾਰ ਬਖਸ਼ੇ। ਅੰਤ ਵਿੱਚ ਇਹੋ ਕਹਿ ਸਕਦੇ ਹਾਂ, ਜੀ ਜਗਤ ਸਭ ਸ਼ਰਨ ਕੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਗ ਹੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ, ਭੁੱਲ ਚੁੱਕਣੀ ਦੁੱਖ ਨਾ ਬਣਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸਨ ਯੂਥ ਕਾਂਗਰਸ ਦੇ ਪ੍ਰਮੁੱਖ ਬੁਲਾਰੇ ਸਰਦਾਰ ਕਮਲਜੀਤ ਸਿੰਘ ਜੀ ਬਰਾੜ, ਬਹੁਤ ਧੰਨਵਾਦ। ਇਹਨਾਂ ਨੇ ਗਿਆਨਵੰਤ ਗੱਲਾਂ ਆਪਦੇ ਨਾਲ ਸਾਂਝੀਆਂ ਕੀਤੀਆਂ। ਹੁਣ ਦੋ ਮਿੰਟ ਲਈ ਸਰਦਾਰ ਸਵਰਨ ਸਿੰਘ ਜੀ ਆਦੀਵਾਲ, ਉਹ ਆਪਦੇ ਨਾਲ ਸਾਂਝ ਕਰੋਗੇ। ਸਰਦਾਰ ਸਵਰਨ ਸਿੰਘ ਜੀ ਆਦੀਵਾਲ, ਦਸਾਂ ਪਾਤਸ਼ਾਹ ਜੀ ਆਤਮ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਗੋਬਿੰਦ ਪ੍ਰਾਰਥਨਾ, ਗੁਰੂ ਗੁਰੂ ਸਾਹਿਬ ਸੰਗ ਜੀ ਪਹਿਲੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਮਾਤਾ ਸਰਬਜੀਤ ਕੌਰ ਦੀ ਅੰਤਮ ਅਰਦਾਸ ਵਿੱਚ ਇਕੱਠੇ ਹੋਏ ਹਾਂ, ਅਤੇ ਜਦ ਆਪਾਂ ਅੰਤਮ ਅਰਦਾਸ ਵਿੱਚ ਇਕੱਠੇ ਹੋਣਾ ਤਾਂ ਜਿਹੜਾ ਇਨਸਾਨ ਇਸ ਦੁਨੀਆਂ ਤੋਂ, ਸਮਾਜ ਤੋਂ ਜਾਂਦਾ, ਅਤੇ ਉਸਦੀ ਜ਼ਿੰਦਗੀ ਦਾ ਵੇਖਣਾ ਜੋਖਾ ਨੂੰ ਆਪਾਂ ਅਕਸਰ ਕਰਦੇ ਹਾਂ, ਅਤੇ ਅੱਜ ਮਾਤਾ ਸਰਬਜੀਤ ਕੌਰ ਦੇ ਜਾਣ ਅਤੇ ਜਦ ਉਹਨਾਂ ਦੀ ਜ਼ਿੰਦਗੀ ਦੇ ਵੇਖੇ ਜੋਖੇ ਦੀ ਗੱਲ ਆਉਂਦੀ ਹੈ, ਅਤੇ ਮੈਂ ਸਮਝਦਾ ਕਿ ਪਰਮਾਤਮਾ ਨੇ ਪਹਿਲਾਂ ਉਹਨਾਂ 'ਤੇ ਬੜੀ ਕਿਰਪਾ ਦੀ, 90 ਸਾਲ ਦੀ ਉਮਰ ਤੱਕ ਉਹਨਾਂ ਨੂੰ ਜਿਹੜਾ ਜ਼ਿੰਦਗੀ 'ਚ ਆਉਂਦਾ ਸਮਾਂ ਦਿੱਤਾ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਇੰਨੀ ਲੰਬੀ ਉਮਰ ਹੋਣਾ ਕਿਸੇ ਕਿਸੇ ਦੇ ਖਾਤੇ 'ਚ ਆਉਂਦੀ ਹੈ।
और दूसरी गल माता जी ने जो बच्चे है वो सारे जो शिक्षा दी है जिन्होंने छोटे बेटे से दो साल कनेडा जाता जरा कि अपना जिते दुनिया आप सारे कनेडा जाने वास्ते बच्चे फिर उन्होंने इस करके लगातार जी माता परिवार है उन्होंने सेवा करनी है शुभ आदा शिक्षा ये मां प्यो के सहारे ही मिल सकती है। मैं समझा जिन्हें पिता जी भी 25 साल पहले उन्होंने इतों चले गए थे जो भी इन्होंने तालीम जी इन्होंने शिक्षा मिली है माँ ने एक माँ ने प्यो ने दोनों ने मतलब किरदार को निभा के इन्होंने बहुत उच्ची अकल शिक्षा दी है जिस करके साथ जनरेशन जो सरपंच है सबका सरपंच है उन्होंने जो रिश्तेदार है उतों की सरपंची कर रहे हैं तो ये जी ताकत ये जो सरपंच है यू मैं समझा माता जी की देनी है कि उन्होंने शुभ सलाह शुभ आशीष जी पिता ही सारा कुछ उन्होंने हिस्से आया। सो मैं अपने वालों परमात्मा अगर अरदास करता है कि माता जी मैं अपने चरणों से नवाज दे अच्छे पिछले परिवार में सके संबंधियों भाला उन्होंने का बार बार से पहले भी करता हूँ सगा अमरजीत सिंह जी बराल राजे नाम वो दो मिनट लिए आपके सामने बोले सगा अमरजीत सिंह जी बराल राजे नाम तो परिवार के नाल अज इस स्थान पर सरदार तीर्थ सिंह जी वाला योगा सिंह जी बराल इंद्रजीत सिंह जी वीरचिड को हाजिर लगा के गए हैं उन्होंने बहुत बहुत धन्यवाद। सोच संदेश देहाती प्रेस क्लब वाला प्रांत को आया है बहुत बहुत धन्यवाद। बच्चे का चले जाना परिवार वास्ते बहुत बड़ी गलती होंगी है
माता ने सब कुछ सहन किया और चंगी वाले परिवार को दी माता जी को श्रद्धा की सरकार भेट करता हुआ परिवार शहीद हों आप सारे ने अरदास की है गुरु महाराज अगे मैनू विश्वास है कि अपनी कीती हुई संगत की अरदास परमात्मा जरूर मंजूर करेगा। मैं तक यही गुरबाणी का प्रमाण कहूँगा संगत साहा लिखा निरंतर पाव तेज देहो सज्जन सिंह जो साहब सौंपे मेयर वाहू जी का खालसा वाहू जी आखिरी बुलाए तो पहला साढ़े भोला सिंह जी बराज मान भाई और दो मिनट लिए माता जी सामने भोला सिंह जी बराज बेनती है कि उन्होंने माफी दी जाए वाहू धन्यवाद। इस समय से परिवार वालों विशेष तौर पर धन्यवाद समुची संगत का आसे पासे तो आए पंचा सरपंचा चेयरमैन साहबान सबना विशेष तौर पर जिक्र जो अमृत हस्पताल मोगा तो अमृत हस्पताल मोगा तो डॉक्टर हरजिंदर सिंह जी सिद्धू और पहुंचे हैं जिथे मेडिकल केंद्र के इस परिवार ने हिस्सा पाया वो डॉक्टर सिद्धू इन्होंने कारण ही हिस्सा पा रहे हैं इन्हों साडे रोहन नगर वालों बहुत बहुत धन्यवाद क्योंकि जब कोई जरिया बनता है तो जरिए के उठी सेवा साढ़े रोहन नगर वालों इधर मथुर वाला पिंड भी इन्होंने जो सेवा है वो विच नहीं हो गई डायरेक्टली या इनडायरेक्टली जा रही है। बहुत बहुत धन्यवाद सिद्धू साहब इतने अपने बच्चे जगसिंह सिंह सरपंच भिंडर खुरद तो जग सरपंच हैलीवाला साढ़े किसान यूनियन के नेता अजमेर सिंह बराज छोटागढ़ जथेदार हरि सिंह जी चेयरमैन करतार सिंह जी जगसिंह सिंह सरपंच मथुवाला जसपाल सिंह सरपंच डोली भाई गुरविंदर सिंह जी सरपंच सोसन गुरदास सिंह जी इंजीनियर साहबान सवर्ण सिंह जी आदिवाल जी बोल चुके हैं रिंकी सरपंच घर गल दर्शन सिंह जी साहब का सरपंच नथुवाला परमिंदर सिंह बलार प्रधान कांग्रेस कमेटी गुरविंदर सिंह जी सरपंच इस तरह सुखजिंदर सिंह जी डबरू तो सरपंच साहब और प्रायमरी और हाई स्कूल छोटागढ़ के मुख्यधार साहबान पत्रकार सब लोग विशेष तौर पर पहुंचे ने और राजवीर सिंह जी संधु भरूर तो वह भी विशेष तौर पर पहुंचे ने। धन्यवाद गुरविंदर सिंह सरपंच बघेलेवाला गुरप्रेम सिंह प्रेमी बलाक प्रधान अकाली दल बादल जसवीर सिंह सरपंच पिंडफर गुरमेर सिंह सरपंच नथुवाला और आखिरी सारे धन्यवाद करने वाले दुआरे गुरप्रीत सिंह जी तो पहला सरदार अखिल सिंह जी खाई बोल के एक मिनट लिए उन्होंने परिवार के नाल प्यार है वो संदेश देना चाहते हैं। आए सत्रा विशेष तौर पर पिंडी भगता जिन्हें कि मैं जिक्र करना चाहता मेरे नाल पढ़ते रहे हैं डी एस पी इस वे लगे हुए हैं जगाओ वो साढ़े वे घर के सरीक ने बहुत बहुत धन्यवाद वो समा कट के आए हैं और इस वे आपके सामू खा रहे हैं सरदार हरि सिंह जी खाए पवित्र गोद ब्राह्मण गुरु गुरु साहब संत जी फतेह आगे वाहगुरु जी का खालसा वाहगुरु जी की फतेह। मित्रों पहला बाप गुरुदेव नारायण ने माता सुखदीप कौर जी बारे अच्छे समूह परिवार बारे बहुत विस्तार रूप से दसिया क्योंकि आप सारे आप माता सुखदीप कौर जी ने ਸ਼ਰਧਾ ਦੇ ਪ੍ਰਗਟ ਕਰਨਗੇ ਅਤੇ ਉਹਨਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਗੇ ਅਤੇ ਸਮੂਹ ਪਰਿਵਾਰ ਨਾਲ ਬੱਚਿਆਂ ਦਾ ਕਰਨ ਲਈ ਇਕੱਠੇ ਹੋਏ ਹਨ ਜੋ
जिस तरह सुखेश शक्ति साहब के उदाहरण ने दसा कि मामला जो बच्चा जबर बच्चा बचता ना एक बहुत बड़ा अंशन होता ना से बहुत कुछ बोला जा सकता क्योंकि माँ इस चुनाव वाली एक संस्था है इस माल को छोड़ दिया माता के वजह से रूप छोड़ गए क्योंकि जो परिवार माँ दुनिया तरह चुनौतियाँ और चंगी शिक्षा दिखती है परिवार बहुत अच्छे से अगर जाता सो माता सतीश कौर जी को निर्मल मेहनत का बहुत मौका मिला क्योंकि सरदार जगदीप सिंह सरपंच साहब और छोटे भाई राज साहब जिन्हें मेरा बड़ा नजीब प्यार है क्योंकि जगदीप सिंह जी ने लंबा टाइम मेरे का मान सम्मान काम किया जब भी ये सड़के चलना था घर आना माता जी का प्यार मिलना तो बड़े अच्छे सुभाग मान सन माता जी और अब उन्होंने जाना जो प्रकार को समाज को बहुत बड़ा करता था आप सारे उन्होंने शब्द बोला करना है क्योंकि ये सारा कुछ प्रोग्राम के पास है कोई भी इंसान जो जन्म लगा तब परमात्मा जो जान का समय नहीं करता है तो फिर करना आसान की जिंदगी ना बढ़िया होती है क्योंकि वाहगुरु का जो हुक्म मना करना ये सूरत का करना सच है तब सूरत का फिरना भी सच है ये इंसान का करना सच है तब इंसान का मानना भी सच है जो स्वर्गदा आना सच है तो दोपहरा आना भी सच है स्वयं पूरे का लिखना ये पाना सारे मुकाबले का करना पड़ा लेकिन आपको माता सगीत कर सामने सारा मेरे परिवार में सजीव छोड़ा लेके चले गए हैं मैं सबके पास और भाई को बुद्धि चाहना अनाज बेनती करना कि साथ उसकी वजह से अपने चाहना कुछ विलास स्थान रखिए सामने सारा मौका आना उनका घर रखिए वह बुद्धि का खालसा वह बुद्धि की है इस समय के राजमान कुलविंदर सिंह जी चीज मैंने मौका टू रविंद्र सिंह जी रवि कटकरी और चर्टी कला टाइम की वालों प्रोग्राम की समारोह की कवरेज की जा रही बहुत धन्यवाद अखीर के बच्चे समुची संघ का धन्यवाद करने सरकार गुरप्रीत सिंह जी जथेदार मथुर वाला और उस तो पहला परिवार वालों जो सेवा की गई है वो है जिते आप इस स्थान पर बैठे हैं पातशाह छेवीं विचार छोटा गुरद्वारा साहब वास्ते पंजीकृत कमाई के हिस्सा कटा गया सरकारी हाई स्कूल छोटा घर लिए सरकारी प्राइमरी स्कूल छोटा घर लिए मस्जिद लिए मंदिर लिए सो वाहगुरु प्रभाव चढ़ी कला बख्शे और अखीर के संत का धन्यवाद कर ले आप खाले ने सरदार गुरप्रीत सिंह जी का चुप जोर जोर पटाल साहब श्री गुरु ग्रंथ साहब जी जोड़ी माता जी की अंतर दाल से जोड़ बैठी शासक फतेह करना है वाहगुरु जी का खालसा वाहगुरु जी की फतेह अज पांच पुत्रां दो तियां पोते पोतियां नूहां की माँ ने मैं समझा समाज की माँ इस समाज में छोड़ा देकर गए हैं जिस माँ को तकरीबन पूरी सदी का तजर्बा सी जिस माँ ने इस देश का बंटवारा जिस माँ ने फलिया तो लेके कंप्यूटर युग का देखा वो तजर्बा सत्सों असी सारा समाज वर्गा होया सियाने ने कहा कि माली की पछाण उसकी बगीची तो उसकी फुलवाड़ी तो ही अंदाजा ला जा सकता है जिस तरह सैकटरी साहब सरदार मक्खण सिंह जी ने माता जी बारे दसिया कि उन्होंने अपने परिवार को किस तरह वख वख खेत्र समाज की सेवा करने का मौका दिता है ये माता जी की सिक्ख्या का कारण ही है अज का इकट्ठ उस माता के कारण जो किए कार्य है उस प्रत्यक्ष सबूत है इहदा सबूत इन्हों का पोतरा जगमीत सिंह जो नथू वाला गर्मी भी समा निभा रहा है जो प्यार उन्हें नथू वाला गर्मी जाके पोते सलाह च बनाया है मैं समझना कि यह माता की देन है इतों अंदाजा लाया जा सकता है कि माता जी किन्ने उच्चे सुचे विचार के धारनी सी सो मैं ज्यादा टाइम ना लेंदा होया जिस तरह आप सुची शासक ने अरदास की है कि माता परमात्मा अपने चरणों में मास बख्शे
ਅਤੇ ਪਰਿਵਾਰ ਨੂੰ ਇਸੇ ਤਰ੍ਹਾਂ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਸਮਾਜ ਦੇ ਵਿੱਚ ਸੇਵਾ ਨਿਭਾ ਰਿਹਾ ਇਸ ਤਰ੍ਹਾਂ ਸਮਾਜ ਸਮੇਂ ਸੇਵਾ ਕਰਨ ਦੀ ਸਮਰੱਥ ਬਖਸ਼ੇ ਅਤੇ ਤੁਸੀਂ ਜਿੰਨੇ ਵੀ ਪ੍ਰਾਣੀ ਪੰਜਾਬੀ ਦੀ ਖਾਪਤ ਹੈ ਕਿ ਦੁੱਖ ਵਡਾਇਆ ਘਰ ਦਾ ਖੁਸ਼ੀ ਵਡਾਇਆ ਵੱਧਦੀ ਹੈ ਬੇਸ਼ੱਕ ਮਾਤਾ ਜੀ 90 ਸਾਲ ਦੀ ਉਮਰ ਪੂਰੀ ਕਰਕੇ ਗਏ ਹੈ ਪਰ ਜਿਹੜਾ ਪਰਿਵਾਰਕ ਜੀ ਦਾ ਘਾਟਾ ਹੈ ਉਹ ਸਦਾ ਹੀ ਮਹਿਸੂਸ ਹੁੰਦਾ ਤੁਸੀਂ ਜਿੰਨੇ ਵੀ ਉਹਨਾਂ ਦੇ ਸੰਸਕਾਰ ਤੋਂ ਲੈ ਕੇ ਅੱਜ ਤੱਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੁਹਾਡੇ ਸਾਰਿਆਂ ਦਾ ਇੱਥੇ ਆਉਣ 'ਤੇ ਹਾਜ਼ਰ ਧੰਨਵਾਦ ਕੀਤਾ ਜਾਂਦਾ ਅੰਤ ਵਿੱਚ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਜਿਸ ਤਰ੍ਹਾਂ ਸਾਰੇ ਕੀਤੀ ਹੈ ਕਿ ਪਰਮਾਤਮਾ ਨੂੰ ਚਰਨਾਂ 'ਚ ਮਾਫ ਬਖਸ਼ੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਅਤੇ ਉਹਨਾਂ ਦੇ ਪਾਏ ਹੋਏ ਟੂਟਿਆਂ ਦੇ ਚੱਲਣ ਦਾ ਬਲ ਬਖਸ਼ੇ ਅੰਤ ਵਿੱਚ ਸਾਰੇ ਸੰਗਤ ਦਾ ਧੰਨਵਾਦ ਕਰਦਾ ਹੋਇਆ ਫਤਿਹ ਅੱਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੁਣ ਜੋ ਵਾਕਈ ਹੈ ਪਹਿਲਾਂ ਸਾਡੇ ਭਾਈ ਸਾਹਿਬ ਤਿਆਰ ਕੀਤਾ ਹੈ ਲੰਗਰ ਛੱਡ ਕੇ ਉਸ ਤੋਂ ਬਾਅਦ ਬੀਬੀਆਂ ਭੈਣਾਂ ਪ੍ਰਸ਼ਾਦਾ ਛੱਡਣਗੀਆਂ ਅਤੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ 'ਤੇ ਸਾਡੇ ਗੁਰੂਵੀ ਕੀਰਤਨ ਜਥੇ ਔਰ ਗ੍ਰੰਥੀ ਸਾਹਿਬਾਨ ਦਾ ਬਹੁਤ ਧੰਨਵਾਦ ਉਹ ਇਸ ਲਈ ਕਰਨਾ ਬਣਦਾ ਕਿ ਇੱਕ ਸਾਡੇ ਗੁਰਦੁਆਰਾ ਸਾਹਿਬ ਦਾ ਇੱਕ ਨਿਯਮ ਹੈ ਜਿਹਨੂੰ ਪਾਲਣ ਦਾ ਯਤਨ ਅਸੀਂ ਕਰ ਰਹੇ ਹਾਂ ਅਤੇ ਯਤਨ ਪੂਰਾ ਹੋ ਰਿਹਾ ਕਿ ਪੌਣੇ ਇੱਕ ਤੋਂ ਪਹਿਲਾਂ ਅਨੰਦ ਸਾਹਿਬ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਸਮੇਂ ਦੇ ਵਿੱਚ ਹੀ ਸਮਾਪਤੀ ਕੀਤੀ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਇਹ ਜੇ ਥੋੜ੍ਹਾ ਕੋਈ ਪੈਦਾ ਨਾ ਹੋਵੇ ਕਿਉਂਕਿ ਸਮਾਂ ਅੱਜ ਕੱਲ੍ਹ ਹਰੇਕ ਵੇਲੇ ਘੱਟ ਹੈ ਅਜੇ 1:25 ਹੋਏ ਹੈ ਤੋ ਸਮਾਗਮ ਦੀ ਸੰਪੂਰਨ ਸਮਾਪਤੀ ਹੈ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਡਾ ਫਿਰ ਤੋਂ ਪਰਿਵਾਰ ਵੱਲੋਂ ਅਤੇ ਸਮੁੱਚੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਉਹ ਮਹਾਮਗ ਪਈ ਦੇਖ ਰੂਪ ਅਤ ਅਨੂਪਾਂ ਮੋ ਮਹਾਮਗ ਪਈ ਵਾਹਿਗੁਰੂ 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 ਵਾਹਿਗੁਰੂ
वाहे गुरु वाहे।